ਅਸੀਸ ਪ੍ਰਾਪਤ ਹੋਵੇ ਇਸ ਸਤਿਗੁਰਾਂ ਦਾ ਪਾਵਨ ਆਸ਼ੀਰਵਾਦ ਪ੍ਰਾਪਤ ਹੋਵੇ ਬੱਚਾ ਗੁਰਸਿੱਖ ਗੁਰਮੁਖ ਰਹਿਣ ਜਾਣੀ ਦਾ ਧਾਰਮਿਕ ਹੋਵੇ ਵੱਡੀ ਆਰਜਾ ਮਾਤਾ ਪਿਤਾ ਦੇ ਆਗਿਆਕਾਰੀ ਗੁਰਸਿੱਖੀ ਜੀਵ ਸਤਿਗੁਰੂ ਜੀ ਇਸ ਜੀਵਨ ਵਿੱਚ ਬਖਸ਼ਿਸ਼ ਕਰਨ ਉੱਥੇ ਸਾਨੂੰ ਵੀ ਸਾਰਿਆਂ ਨੂੰ ਸਤਿਗੁਰੂ ਦਰਮ ਕਰੋ ਗੁਰਮਤਿ ਦੀ ਰਹਿਣੀ ਪੈਣੀ ਗੁਰਮਤਿ ਦੀ ਰਾਤ ਕੋਸ਼ਿਸ਼ ਕਰਕੇ ਕਿਉਂਕਿ ਅਸੀਂ ਸਾਰੇ ਬੱਚੇ ਹਾਂ ਰੋਜ਼ਾਨਾ ਅਸੀਂ ਅਰਦਾਸ ਕਰਦੇ ਹਾਂ ਤੁਮ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਮਹਿਸੂਸ ਕਰੇਰੇ ਕਿਤੇ ਇਹ ਕਹਿਣ ਮਾਤਰ ਹੀ ਨਾ ਰਹਿ ਜਾਵੇ ਅਸੀਂ ਹਿਰਦੇ ਵਿੱਚੋਂ ਇਹ ਕਬੂਲ ਕਰਕੇ ਹਿਰਦੇ ਦੇ ਵਿੱਚੋਂ ਇਹ ਬੇਨਤੀ ਗੁਰੂ ਦਰ ਤੇ ਕਰਿਆ ਕਰੀਏ ਕਿ ਇਹ ਵਾਹਿਗੁਰੂ ਜੀ ਅਸੀਂ ਤੇਰੇ ਬੱਚੇ ਹਾਂ ਅਤੇ ਤੁਸੀਂ ਸਾਡੇ ਮਾਤਾ ਪਿਤਾ ਹੋ ਫਿਰ ਦੇਖਿਓ ਜਦੋਂ ਅਸੀਂ ਹਿਰਦੇ ਵਿੱਚੋਂ ਭੇਜ ਕੇ ਮਾਤਾ ਪਿਤਾ ਨੂੰ ਸਮਝਾਂਗੇ ਤਾਂ ਸਾਨੂੰ ਕੀ ਆਸ਼ੀਰਵਾਦ ਕੀ ਅਸੀਸ ਪ੍ਰਾਪਤ ਹੋਏਗੀ ਸੋ ਸਤਿਗੁਰ ਸਾਡੇ ਦੇ ਉੱਠਣਗੇ ਸੋ ਸਮਾਂ ਵੀ ਹੋ ਗਿਆ ਹੈ ਸਾਡੇ ਵੀਰਦੀਪ ਸਿੰਘ ਜੀ ਸਰਕਾਰੀ ਪ੍ਰਵੇਸ਼ ਸਿੰਘ ਜੀ ਪਹੁੰਚੇ ਸਾਰਿਆਂ ਦਾ ਧੰਨਵਾਦ ਹੈ ਸੋ ਹੁਣ ਜੋ ਸਮਾਂ ਬਣਿਆ ਹੈ ਤਕਰੀਬਨ ਸਮੇਂ ਅਨੁਸਾਰ ਸਾਰੀ ਸਮਾਪਤੀ ਹੋਣੀ ਹੈ ਬੱਚੀ ਸਿਮਰਨ ਕੌਰ ਪ੍ਰਗਟ ਕੌਰ ਬੱਚੇ ਜੋ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਨੇ ਗੁਰੂ ਕੀ ਦਾਤ ਕੀਰਤਨ ਇਹਨਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਉਹ ਬੱਚੇ ਹੁਣ ਆਪ ਨੂੰ ਸਰਵ ਸ਼ਬਦ ਸਰਵਨ ਕਰਵਾਉਣਗੇ ਉਪਰੰਤ ਅਨੰਤ ਸਿੰਘ ਦੇ ਜਾਪ ਹੋ ਕਰਕੇ ਸਮਾਪਤੀ ਹੋਏਗੀ ਭੁੱਲਾਂ ਕਰਦੀਆਂ ਦੀ ਖਿਮਾ ਉਚੇਚੇ ਤੌਰ 'ਤੇ ਵੀਰ ਜੀ ਗੁਰਿੰਦਰਪਾਲ ਸਿੰਘ ਜੀ ਅਰਦਾਸ ਨੂੰ ਵੀ ਹੁਕਮ ਪ੍ਰਾਪਤ ਹੋਇਆ ਸੀ ਕਿ ਤੁਸੀਂ ਜ਼ਰੂਰ ਆਣ ਕੇ ਹਾਜ਼ਰੀ ਭਰਨੀ ਹੈ ਕੁਝ ਗਲੇ ਦੀ ਖਰਾਬੀ ਕੁਝ ਸਿਹਤ ਦੀ ਖਰਾਬੀ ਆਗਿਆ ਨਹੀਂ ਸੀ ਦਿੰਦੀ ਲੇਕਿਨ ਇਹਨਾਂ ਦੇ ਹੁਕਮ ਅੱਗੇ ਸਿਰ ਚੁਕਾਉਣਾ ਪਿਆ ਅਤੇ ਆਪ ਸੰਗਤਾਂ ਦੇ ਦਰਸ਼ਨ ਵਾਸਤੇ ਆਏ ਹਾਂ ਸਤਿਗੁਰੂ ਦਾ ਸ਼ੁਕਰਾਨਾ ਹੈ ਆਪ ਪਿਆਰੀਆਂ ਸੰਗਤਾਂ ਦੇ ਇਸ ਪਵਿੱਤਰ ਅਸਥਾਨ ਦੇ ਗੁਰਮੁਖਾਂ ਦੇ ਦਰਸ਼ਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ ਬੋਲਿਆ ਚੱਲਿਆ ਮਾਫ਼ ਕਰਨਾ ਜੀ ਸਤਿਗੁਰੂ ਕਿਰਪਾ ਕਰਨ ਜੇ ਗੁਰੂ ਦਾ ਵਚਨ ਹਿਰਦੇ ਵਿੱਚ ਵੱਸ ਜਾਵੇ ਤਾਂ ਅਸੀਸ ਬਖਸ਼ਿਸ਼ ਕਰਨੀ ਸਾਨੂੰ ਵੀ ਅਦਾਤ ਪ੍ਰਾਪਤ ਹੋਵੇ ਸਾਡੇ ਹਿਰਦੇ ਵਿੱਚ ਵੀ ਗੁਰੂ ਦਾ ਪਿਆਰ ਗੁਰਮਤਿ ਰਹੀਂ ਆ ਜਾਵੇ ਤਾਂ ਕਿ ਇਹ ਲੋਕ ਸੁਖੀ ਪ੍ਰਲੋਕ ਸੁਖੀ ਦੇ ਹੋਵਣ ਸਰਬੱਤ ਦਾ ਧੰਨਵਾਦ ਆਓ ਬੱਚਿਆਂ ਪਾਸੋਂ ਗੁਰੂ ਕੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ